ਕੱਲ ਨੂੰ ਕਿਸੇ ਦੇ ਨਾਲ ਵੀ ਇਹ ਹੈਪਨ ਹੋ ਸਕਦਾ ਆ। ਬਿਲਕੁਲ ਫਿਰ ਉਹਦੀ ਛੋਟੀ ਕੀ ਹੈ ਇਹਦੇ ਲਈ ਇਹ ਰੋਸ ਮਜਾਰਾ ਅੱਜ ਦਾ ਸਿਰਫ ਇੰਨਾ ਹੀ ਸੀਗਾ ਵੀ ਅਸੀਂ ਉਹਨਾਂ ਨੂੰ ਦੱਸਣਾ ਚਾਹੁੰਦੇ ਸੀ ਅਗਰ ਉਹਨਾਂ ਦੋਸ਼ੀਆਂ ਦੇ ਸਿਰ ਕਾਰਵਾਈ ਨਾ ਕੀਤੀ ਤਾਂ ਜਿਹੜਾ ਅਗਲਾ ਪ੍ਰੋਟੈਸਟ ਹੋਊਗਾ ਅਸੀਂ ਰੋਡ ਜਾਮ ਕਰਾਂਗੇ। ਬਲਜੀਤ ਅੰਕਲ ਹੁਣੀ ਮੋਟਰਸਾਈਕਲਾਂ ਦਾ ਕੰਮ ਕਰਦੇ ਆ ਰਿਪੇਅਰ ਦਾ, ਉਹਨਾਂ ਦੇ ਦੁਕਾਨ ਤੇ ਹਮਲਾ ਹੋਇਆ, ਉਹਨਾਂ ਦੇ ਮੁੰਡੇ ਨੂੰ ਕਾਫੀ ਜ਼ਖਮੀ ਕਰ ਗਏ ਤੇਜ਼ ਧਾਰ ਹਥਿਆਰਾਂ ਦੇ ਨਾਲ। ਕੋਈ ਸਾਡੀ ਦੁਕਾਨਾਂ ਵਾਲਿਆਂ ਦੀ ਕੀ ਸ਼ਿਓਰਿਟੀ ਆ ਕਿ ਸਾਡੀ ਅਸੀਂ ਜਿੱਥੇ ਵਪਾਰ ਕਰਦੇ ਹਾਂ ਗਵਰਨਮੈਂਟ ਟੈਕਸ ਦੇ ਰਹੇ, ਸਭ ਕੁਝ ਦੇ ਰਹੇ ਹਾਂ, ਤੇ ਸਾਨੂੰ ਜਿਹੜਾ ਕੀ ਰੱਖਿਆ ਕੀ ਕਰ ਰਹੇ ਸਾਡੀ ਉਹ ਸਾਡਾ ਰੋਸ ਜਿਹੜਾ ਆ ਸਭ ਤੋਂ ਮੇਨ ਚੀਜ਼ ਇਹ ਆ ਕਿ ਦੁਕਾਨਦਾਰਾਂ ਦਾ ਅੱਜ ਅੱਡਾ ਬੰਦ ਗਏ ਇਕੱਠੇ ਹੋਣ ਦਾ ਇਹ ਆ ਕਿ ਸਾਡੇ ਅੱਗੇ ਵੀ ਦੁਕਾਨਾਂ ਦੇ ਉੱਤੇ ਇੱਕ ਵਾਰੀ ਹਮਲਾ ਹੋ ਚੁੱਕਾ, ਉਦੋਂ ਵੀ ਅਸੀਂ ਬੜਾ ਪ੍ਰੋਟੈਸਟ ਕੀਤਾ, ਸਭ ਕੁਛ ਕੀਤਾ, ਪਰ ਫਿਰ ਵੀ ਉਸ ਚੀਜ਼ ਦਾ ਕੋਈ ਹੱਲ ਨਹੀਂ ਹੋਇਆ। ਹੁਣ ਉਸ ਚੀਜ਼ ਨੂੰ ਅਸੀਂ ਰੋਕਣਾ ਚਾਹੁੰਦੇ ਸੀ, ਪਰ ਉਹ ਅੱਜ ਦੂਜਾ ਹਮਲਾ ਜਿਹੜਾ ਸਾਡਾ ਇੱਥੇ ਆ, ਮਲਕੀਤ ਅੰਕਲ ਹੁਣੀ ਮੋਟਰਸਾਈਕਲਾਂ ਦਾ ਕੰਮ ਕਰਦੇ ਆ ਰਿਪੇਅਰ ਦਾ, ਉਹਨਾਂ ਦੇ ਦੁਕਾਨ ਤੇ ਹਮਲਾ ਹੋਇਆ, ਉਹਨਾਂ ਦੇ ਮੁੰਡੇ ਨੂੰ ਕਾਫੀ ਜ਼ਖਮੀ ਕਰ ਗਏ ਤੇਜ਼ ਧਾਰ ਹਥਿਆਰਾਂ ਦੇ ਨਾਲ, ਜਦਕਿ ਉਹਨਾਂ ਨੇ 3 ਦਿਨ ਪਹਿਲਾਂ ਕੰਪਲੇਂਟ ਦਿੱਤੀ ਹੋ ਸੀਗੀ ਕਿ ਹਾਂ ਜੀ ਸਾਡੇ ਇੱਦਾਂ ਦਾ ਕੋਈ ਪ੍ਰੋਬਲਮ ਹੈ ਨਾ। 3 ਦਿਨ ਕੰਪਲੇਂਟ ਦੇਣ ਦੇ ਬਾਵਜੂਦ ਵੀ ਜੇ ਕੰਮ ਕਰ ਜਾਂਦੇ ਆ ਤਾਂ ਫਿਰ ਤਾਂ ਬਹੁਤ ਮਾੜੀ ਗੱਲ ਹੈ। ਕੱਲ ਨੂੰ ਕੋਈ ਸਾਡੀ ਦੁਕਾਨਾਂ ਵਾਲਿਆਂ ਦੀ ਕੀ ਸ਼ਿਓਰਿਟੀ ਆ ਕਿ ਸਾਡੀ ਅਸੀਂ ਜਿੱਥੇ ਵਪਾਰ ਕਰਦੇ ਹਾਂ ਗਵਰਨਮੈਂਟ ਟੈਕਸ ਦੇ ਰਹੇ, ਸਭ ਕੁਝ ਦੇ ਰਹੇ ਹਾਂ, ਤੇ ਸਾਨੂੰ ਜਿਹੜਾ ਕੀ ਰੱਖਿਆ ਕੀ ਕਰ ਰਹੇ ਸਾਡੀ ਉਹ। ਜੇ ਅਸੀਂ ਪੁਲਿਸ ਨੂੰ ਫੋਨ ਵੀ ਕਰਦੇ ਹਾਂ, ਪੁਲਿਸ ਕਹਿੰਦੀ ਵੀ ਸਾਨੂੰ ਲਿਖਤੀ ਰੂਪ 'ਚ ਦਿਓ, ਵੀ ਲਿਖਤੀ ਰੂਪ 'ਚ ਪਹਿਲਾਂ ਤੁਸੀਂ ਅੱਗੇ ਉਹਨੂੰ ਵੈਰੀਫਾਈ ਤਾਂ ਕਰੋ ਕਿ ਉਹ ਬੰਦੇ ਅੱਡੇ ਜਿਹੜੇ ਘੁੰਮਦੇ ਪਏ ਉਹ ਗਲਤ ਹੈ ਜਾਂ ਸਹੀ ਆ, ਕਿ ਅਸੀਂ ਪਹਿਲਾਂ ਧਿਰ ਤੁਸੀਂ ਸਾਨੂੰ ਤਾਂ ਬਣਾਓ ਜੇ ਅਸੀਂ ਕੋਈ ਗੱਲ ਇਹੋ ਜਿਹੀ ਹੋਈ ਤਾਂ, ਕਿਉਂਕਿ ਸਾਡੇ ਅਸੀਂ ਕੈਮਰੇ ਲਵਾਏ ਹੋ ਆ, ਸਾਡੇ ਅੱਡੇ ਦੇ ਵਿੱਚ ਕੋਈ ਵੀ ਪ੍ਰੋਬਲਮ ਹੁੰਦੀ ਅਸੀਂ ਪੁਲਿਸ ਨੂੰ ਇਨਫੋਰਮ ਕਰਦੇ ਕਿ ਵੀ ਸਾਡੇ ਅੱਡੇ ਦੇ ਵਿੱਚ ਸਾਨੂੰ ਲੱਗਦਾ ਕੋਈ ਗਲਤ ਅਨਸਰ ਘੁੰਮ ਰਹੇ ਆ, ਤੇ ਮੋਹਰੇ ਸਾਨੂੰ ਜਵਾਬ ਇਹ ਹੁੰਦਾ ਜੀ ਕਿ ਇਹ ਪਹਿਲਾਂ ਤੁਸੀਂ ਲਿਖਤੀ ਰੂਪ ਰਿਪੋਰਟ ਦਿਓ, ਜਦ ਨੂੰ ਅਸੀਂ ਲਿਖਤੀ ਰੂਪ ਰਿਪੋਰਟ ਦੇਣ ਲੱਗੇ ਉਹ ਕਾਰਵਾਈ ਕਰਕੇ ਚੱਲ ਜਾਣ, ਉਹੀ ਕੰਮ ਇੱਥੇ ਹੋ ਗਿਆ। ਹੁਣ ਸਭ ਤੋਂ ਮੇਨ ਚੀਜ਼ ਇਹੀ ਆ ਜੀ, ਅਸੀਂ ਇਸ ਚੀਜ਼ ਦੇ ਵਿੱਚੋਂ ਬਹੁਤ ਜ਼ਿਆਦਾ ਦੂਜੇ ਤੰਗ ਹੋ ਚੁੱਕੇ ਹਾਂ, ਕਿਉਂਕਿ ਸਾਨੂੰ ਇਹ ਲੱਗਦਾ ਕਿ ਜਿਹੜੇ ਬੰਦੇ ਵਾਰਦਾਤ ਤਾਂ ਕਰਨ ਵਾਲੇ ਉਹ ਇੱਕੋ ਹੀ ਆ, ਠੀਕ ਆ, ਪਰ ਫਿਰ ਵੀ ਸਾਨੂੰ ਉਹ ਬਾਰ ਬਾਰ ਉਹੀ ਬੰਦੇ ਸਾਡੇ ਅੱਡੇ ਤੇ ਹਮਲਾ ਕਰਨ ਦੇ, ਉਹੀ ਬੰਦੇ ਸਾਡੇ ਤੇ ਹਮਲਾ ਕਰਨ ਦੇ, ਜਾਂ ਤਾਂ ਫਿਰ ਉਹਨਾਂ ਪਿੱਛੇ ਰਾਜਨੀਤਿਕ ਕੋਈ ਇਹੋ ਜਿਹੀ ਪਾਵਰ ਆ ਜਿਹੜੀ ਉਹਨਾਂ ਨੂੰ ਉਸ਼ਾਹਤ ਕਰਕੇ ਛਡਾਉਂਦੀ ਆ ਜਾਂ ਕੁਛ ਕਰਦੀ ਆ, ਤੇ ਇਹ ਤਾਂ ਹੁਣ ਜਵਾਬ ਪੁਲਿਸ ਹੀ ਦੇ ਸਕਦੀ ਆ ਕੀ ਕਰਦੇ ਆ। ਬਾਕੀ ਸਾਡੇ ਦੁਕਾਨਦਾਰਾਂ ਦਾ ਰੋਸ ਤਾਂ ਇਹੀ ਆ ਕਿ ਕਿਸੇ ਵੀ ਦੁਕਾਨ ਤੇ ਹਮਲਾ ਹੁੰਦਾ ਆ ਤੇ ਉਹਦੀ ਜਿਹੜੀ ਜਵਾਬ ਦੇਈ ਆ ਪੁਲਿਸ ਦੀ, ਜੇ ਦੱਸਣ ਦੇ ਬਾਵਜੂਦ ਵੀ ਹੋ ਜਾਂਦਾ ਉਦੋਂ ਮੰਦ ਪੱਕੀ ਗੱਲ ਕੋਈ ਨਹੀਂ। ਚੌਂਕੀ ਘੇਰਦੀ ਉਸ ਤੋਂ ਬਾਅਦ ਵਿੱਚ ਜੇ ਸਾਨੂੰ ਗਰਾਇਆ ਜਾਂ DSP ਦੇ ਜਾਂ SSP ਦੇ ਵੀ ਜਾਣਾ ਪਿਆ ਤਾਂ ਜ਼ਰੂਰ ਜਾਵਾਂਗੇ, ਪਰ ਇਹ ਜਿਹੜੀ ਦੱਸਣ ਦੇ ਬਾਵਜੂਦ ਵੀ ਇੰਨੀ ਟੈਲਮੈਟ ਹੋਈ ਆ ਨਾ, ਇਹ ਪੁਲਿਸ ਦੀ ਬਿਲਕੁਲ ਲਾਪਰਵਾਹੀ ਆ, ਕਿਉਂਕਿ ਕੱਲ ਨੂੰ ਕਿਸੇ ਦੇ ਨਾਲ ਵੀ ਇਹ ਹੈਪਨ ਹੋ ਸਕਦਾ ਆ। ਬਿਲਕੁਲ ਫਿਰ ਉਹਦੀ ਸ਼ੋਟਿੰਗ ਕੀ ਆ, ਜੇ ਅਸੀਂ ਇਹ ਕੈਮਰੇ ਲਵਾਇਓ ਆ ਪੁਲਿਸ ਵਾਲਿਆਂ ਦੇ ਕਹਿਣ ਤੇ ਵੀ ਇਹ ਕੈਮਰੇ ਲੱਗਿਓ ਆ, ਵੀ ਚਲੋ ਇਹਨਾਂ ਦੇ ਸਾਡੀ ਇੱਕ ਸਹਾਇਤਾ ਹੋ ਜਾਊਗੀ, ਪਰ ਇਹ ਕੈਮਰੇ ਬਚਾ ਥੋੜਾ ਸਕਦੇ ਆ, ਬਚਾਉਣਾ ਤਾਂ ਪੁਲਿਸ ਨੇ ਆ ਜੀ, ਅਸੀਂ ਉਹਨੂੰ ਦੱਸਦੇ ਹਾਂ ਆਪਣੀ ਜੇ ਗੱਲਬਾਤ ਰੱਖਦੇ ਹਾਂ, ਜੇ ਪੁਲਿਸ ਦੱਸਣ ਦੇ ਬਾਵਜੂਦ ਵੀ ਇਹ ਕੰਮ ਨਹੀਂ ਕਰਦੀ ਤਾਂ ਉਹਨਾਂ ਦੀ ਬਹੁਤ ਨਲਾਇਕੀ ਹੈ, ਵੱਡੀ ਪ੍ਰਸ਼ਾਸਨ ਦੀ ਨਲਾਇਕੀ ਹੈ। ਇਹਦੇ ਲਈ ਇਹ ਰੋਸ ਮਜ਼ਾਰਾ ਅੱਜ ਦਾ ਸਿਰਫ ਇੰਨਾ ਹੀ ਸੀਗਾ ਵੀ ਅਸੀਂ ਉਹਨਾਂ ਨੂੰ ਦੱਸਣਾ ਚਾਹੁੰਦੇ ਸੀ, ਅਗਰ ਉਹਨਾਂ ਦੋਸ਼ੀਆਂ ਦੇ ਸਿਰ ਕਾਰਵਾਈ ਨਾ ਕੀਤੀ ਤਾਂ ਜਿਹੜਾ ਅਗਲਾ ਪ੍ਰੋਟੈਸਟ ਹੋਊਗਾ ਅਸੀਂ ਰੋਡ ਜਾਮ ਕਰਾਂਗੇ, ਤੇ ਅਸੀਂ SSP DSP ਜਿੱਥੇ ਵੀ ਜਾਣਾ ਪਿਆ ਤਾਂ ਜ਼ਰੂਰ ਜਾਵਾਂਗੇ।